हेलो जी, सुबह बखैर। टाइम तकरीबन 7:30-8 बजे का। पहले जा रहे हैं सिटी, उस तो बाद तकरीबन 11 बजे आ रहे ने भाई वाहद साहब तो भाई अजीम साहब। मैं क्या आया यार, हूँ वेले बंदे हैं। मुड़ के भाई ने मक्की, एक ने मेरा शुरू हो जाना, दूसरे ने झोना लाया, उन्हें भी मक्की बड़ी लग पानी है, तो मेरे भी इधरों खेत खाली हो जाने हैं। मैं क्या आओ यार, चक्कर ला जाओ, ताड़ी मेहरबानी। तो पहले गया बाबा जी मॉल जो देसी हरी मिर्च खरीदी है। नाल मैनू मटन चाहिए सी, क्योंकि अज सगा बाबा जी बुध, तो बुध वाला दिन बाहरों तो लभदा कोई नहीं, तो ये मॉल चो लभ जाता। लो जी, एक मेहमान तक गए पहुंच। बड़ी देर से खड़ोते हैं बाहर। आ जाओ मियां साहब, आ जाओ, बाजार रखो गड्डी। आज मौसम भी बदल जाए हुए है, चलो ये भी बेहतर हो गया, कल तो गर्मी बहुत सी। जो सहीब, क्या हाल है सर, कैसे हो, फिट हो सर? हाँ, साफ कितों किया जो, की हाल है? तो मेरे को भी ना आवाज़ ना करके ना। जो सहीब, आपे दरवाजा खोल के चोरी नंग नुक भी आया, दसिया ही नहीं यार, तेरे प्रोटोकॉल दे विच मैं दरवाजा खोलदा भरा है। यार चोरी, तू प्रोटोकॉल ले लिया कर यार, साडे को तू साडा उस्ताद है। असि एक गंदे बंदे नु गाल कड्डी है, तू भी साडे ते पहुंचदा यार। उस्ताद होनी हुण पहुंचे ने, उस्ताद ने गाला नहीं कड्डे, उस्ताद होनी फिर कदी कदी मौत च हुंदे। उस्ताद होनी आपे दरवाजा दरवाजा खोल के वाड़ आए ने, मेनू दसिया ही नहीं, ग्रां च आके ला लेनी सी। असल गेट हवा नाल आपे ही खुलिया पिया, मैं लाग नहीं सी लाया। उस्ताद उन्होंने हिसाब लाया भी साढ़े वास्ते पहले गेट खुला पिया। हाँ की होया नाल ला जी, ला लो भोरा भोरा कुकिंग भी मैं कर लैना हूं। तो यह वेख लो, यह फ्राई राइस वास्ते मैं जनाब मॉल बना रहा पूरा, चिकन मिकन जहा मैं बालू करवा लिया, तो नाल बेच पा के जनाब गोभी जी ए पूरा नज़ारा बना देना पूरा है। बनाई सी है कि किवें, कहिंदे चोरी वाली गड्डी, कहिंदे टिच हो गई कितें है यार। ये तो एवं ड्राई खड़ा, सानू कहिंदा गेट ही अंदर वड़ गया है। ये तो कुछ भी नहीं, माड़ी लीक जी बड़ी है बस। चोरी इल्जाम भी ओहदे ते लाई जांदा भी ओहने अखे मेरी गड्डी ठोकती। धुप बड़ी सख्त आ, सवेरे बदल जे खोए रहे। हाँ चोरी, गड्डी में वेख्या चोरी जड़ी लगी है ना,
ਕੋਈ ਵੀ ਨਹੀਂ ਯਾਰ, ਐਵੇਂ ਤੂੰ ਡਰਾਈ ਖੜਾ ਸਾਨੂੰ ਪਤਾ ਨਹੀਂ ਮੈਂ ਤਾਂ ਘਟੀ ਕੀ ਹੋ ਗਿਆ। ਹੋਰ ਲੈ ਉਹਨੂੰ ਕੀ ਹੈ, ਪਤਾ ਹੀ ਨਹੀਂ ਲੱਗਣਾ ਜੈਨੂਅਨ ਗੱਡੀ ਹੈ। ਮੈਂ ਚੌਰੀ ਵਾਸਤੇ ਸੂਪ ਬਣਾਈ ਯਾਰ। ਅੱਲਾ ਵੀ ਵਿਹਲੀ ਆਉਂਦੇ ਵੀ ਪਹਿਲੇ ਪੀਣਾ ਸੂਪ ਦਾ ਕੱਪ ਕੱਪ। ਮੈਂ ਕਿਹਾ ਵੀ ਪਹਿਲੇ ਸੂਪ ਕੱਢ ਲਾ ਮੈਂ ਇਹਦੇ ਵਿੱਚੋਂ ਯਖਨੀ ਜਿਹੀ, ਨਾਲ ਫਿਰ ਅੱਗੇ ਇਹਨੂੰ ਤਿਆਰੀ ਦੇਣਾ। ਅਤੇ ਬਾਬਾ ਜੀ ਅੱਜ ਮੈਂ ਕਰਨੀ ਕੁਕਿੰਗ, ਤਾਂ ਮੇਰੀ ਕੁਕਿੰਗ ਦਾ ਤੁਸੀਂ ਐਂਡ 'ਤੇ ਟੱਚ ਚੈੱਕ ਕਰਨਾ ਵੀ ਕੁਕਿੰਗ ਮੇਰੀ ਕੈਸੀ ਹੈ। ਰੰਗ ਦੇਖ ਕੇ ਤੁਸੀਂ ਤਾਂ ਦੱਸ ਹੀ ਦਿੰਦੇ ਹੁੰਦੇ ਆ। ਪ੍ਰਾਹੁਣੇ ਦੋਵੇਂ ਹੀ ਮੋਬਾਈਲਾਂ 'ਤੇ ਲੱਗੇ ਪਏ ਆ। ਮੈਂ ਮੇਜ਼ਬਾਨ ਬੌਂਗਿਆਂ ਤਰ੍ਹਾਂ ਦੋਵਾਂ ਦੇਖੀ ਜਾਂਦਾ। ਆਹ ਪ੍ਰਾਹੁਣਾ ਇੱਧਰ ਲੱਗਾ ਪਿਆ, ਇੱਕ ਪ੍ਰਾਹੁਣਾ ਉਹ ਪਿਆ, ਦੋਵੇਂ ਪਬਜੀ ਖੇਡਣ ਦੇ ਆ ਅਤੇ ਮੈਂ ਬੈਠਾ ਸੈਂਟਰ। ਮੈਂ ਮੁਲਕ ਦੀ ਸੂਰਤ ਹਾਲ ਦੇ ਦਾ ਕੀ ਹੋ ਰਿਹਾ ਮੁਲਕ ਦੀ ਸੂਰਤ। ਸੋਰੀ ਮੈਂ ਤਾਂ ਚੌਂਠ ਲਗਾ ਦਿੱਤਾ ਸੀ, ਤੁਸੀਂ ਫਿਰ ਲਿਖਾਇਆ ਕੋਈ ਅਜਾ। ਇਹ ਤਾਂ ਹੈ ਆਪਣਾ ਮਸੀ ਤੋਂ ਲੈ ਕੇ ਤੁਰਦੇ ਇਹ ਟਾਇਰ ਕਿੱਦਾਂ ਘੁਮਾਉਣੇ। ਇੰਜੀ ਇੰਜੀ ਚੋਰੀ ਇੰਜੀ ਜੇਲੇ ਚੋਰੀ ਏਦਾਂ ਦਾ ਰੂਟਰ ਪੈਂਦਾ ਨਾ ਆਹ, ਉਸਲੇ ਫਿਰ ਇਹਨੂੰ 14 ਤਬਕ ਰੋਸ਼ਨ ਹੋ ਜਾਂਦੇ ਨੇ ਇਹਦੇ। ਕਿਹੜੀ ਪਹਿਲੇ ਫਾ ਕੇ ਲੀਕ ਹੋ ਗਈ, ਹਲੇ ਤਾਂ ਮੈਂ ਚਲਾਇਆ ਵੀ ਨਹੀਂ। ਹਾਂ ਲੋ ਲਾਲਿਓ, ਆਖਰੀ ਸਟੇਜ 'ਤੇ ਪਹੁੰਚ ਗਿਆ ਜੀ। ਅਲਹਮਦੁਲਿਲਾ ਅਲਹਮਦੁਲਿਲਾ ਮਾਸ਼ਾਅੱਲਾ ਅਤੇ ਜਜ਼ਾਕ ਅੱਲਾ। ਅਤੇ ਇਹ ਦੇਖੋ ਹੁਣ ਜਨਾਬ ਢੱਕਣ ਪੱਟਤਾ, ਅਤੇ ਬਾਬਾ ਜੀ ਦੱਸਿਓ ਫਿਰ ਕਿਹਾ ਬਣਿਆ। ਐਵੇਂ ਮਗਰੋਂ ਹੀ ਲਾਇਆ ਮੈਂ ਕਿ ਬਿਹਤਰੀਨ ਬਣਾਇਆ। ਦੇਖਦਾ ਜ਼ਰਾ ਰਾਈਸ ਵੀ ਤੁਹਾਨੂੰ ਦਿਖਾਉਣਾ ਜ਼ਰਾ। ਇਹ ਬਾਬਾ ਜੀ ਲਓ, ਬਾਬਾ ਜੀ ਇਹ ਵੀ ਬਾਬਾ ਜੀ ਨਾਲ ਲੱਗਦੇ ਦੱਸ ਦਿਓ ਕੋਈ ਗੁਜ਼ਾਰਾ ਮੁਜ਼ਾਰਾ ਕਰਨਗੇ ਕਿ ਨਹੀਂ। ਬਾਬਾ ਜੀ ਕੁਕਿੰਗ ਜਦੋਂ ਵੀ ਕਰੀਦੀ ਹੈ ਨਾ ਇੱਦਾਂ ਹੀ ਬਿਹਤਰੀਨ ਕਰਕੇ ਕਰੀਦੀ ਹੈ, ਪੂਰਾ ਨਜ਼ਾਰਾ। ਨਾਲ ਬਾਬਾ ਜੀ ਸਲਾਦ ਮਲਾਦ ਜਿਹਾ ਪਹਿਲੇ ਕਟਾ ਕੇ ਨਾ ਮੈਂ ਤੇਰਾ ਉੱਤੇ ਰੈਪ ਸ਼ੈਪ ਕਰਾ ਕੇ ਅਤੇ ਬਾਬਾ ਜੀ ਠੰਡੇ 'ਤੇ ਰੱਖ ਦਿੱਤਾ। ਹਾਂਜੀ ਭਾਈ ਬਹੁਤ ਖੁਸ਼ੀ ਆ, ਭਾਈ ਵਾਹਤ ਅਤੇ ਭਾਈ ਅਜ਼ੀਮ ਆਏ ਆ, ਇਹਨਾਂ ਵਾਸਤੇ ਕੁਕਿੰਗ ਕੀਤੀ ਆ ਬਕੱਲਮ ਖੁਦ ਥੋੜ੍ਹੀ ਥੋੜ੍ਹੀ, ਅਤੇ ਇਹਨਾਂ ਦਾ ਬੜਾ ਥੈਂਕਸ ਆ ਭਾਈ ਇਹ ਤਸ਼ਰੀਫ ਲਿਆਏ ਆ। ਅਤੇ ਬਸ ਇਹ ਇਹਨਾਂ ਨੇ ਕਿਹਾ ਵੀ ਉਹ ਮਾੜਾ ਕੀਤਾ ਵੀ ਆ, ਕਹਿੰਦੇ ਵੀ ਇੱਥੇ ਖਾਣਾ ਖੁਣਾ ਬਣਾ ਲਈ ਹੋਟਲ 'ਤੇ ਨਹੀਂ ਜਾਣਾ, ਉਹ ਹੋਟਲ ਵਾਲਾ ਕੰਮ ਸਗੋਂ ਬਿਹਤਰੀਨ ਰਹਿੰਦਾ ਕਿਉਂਕਿ ਬੜੇ ਸਿਸਟਮੈਟਿਫਿਕੇਸ਼ਨ ਆਦਮੀ ਨੇ, ਇਹ ਫਸਟੀਕੇਟਡ ਆਦਮੀ ਨੇ ਦੋਨੋਂ, ਅਤੇ ਅਫਸਰ ਲੋਕ ਨੇ। ਅਤੇ ਮੈਂ ਕਹਿੰਦਾ ਵੀ ਜ਼ਰਾ ਉਹ ਤੁਸੀਂ ਦੇਖਦੇ ਰਹਿੰਦੇ ਵੀ ਹੋਟਲ ਸ਼ੋਟਲ ਵਾਲਾ ਨਿਜ਼ਾਮ ਜ਼ਰਾ ਜ਼ਿਆਦਾ ਬਿਹਤਰ ਆ ਜਾਂਦਾ, ਇੱਥੇ ਫਿਰ ਜ਼ਰਾ ਕਈ ਵਾਰੀ ਚੀਜ਼ ਨਹੀਂ ਵੀ ਬਣੀ ਹੋਈ ਜ਼ਰਾ ਸਹੀ ਲੱਗਦੀ ਬੰਦੇ ਨੂੰ। ਚੋਰ ਸਾਹਿਬ ਵੱਲ ਮਾਰੋ ਜੀ ਜਿੰਦਾਬਾਦ ਯਾਸਰ ਪੁੱਤਰ। ਆਪਾਂ ਰੋਟੀ ਖਾਣ ਦੇ ਬੋਲੀ ਦਾ ਹੀ ਨਹੀਂ ਹੁੰਦਾ ਚੋਰੀ, ਰੋਟੀ ਖਾਂਦੇ ਨੇ ਰੋਟੀ ਖਾਂਦੇ ਨੇ। ਸਰ ਬਹੁਤ ਸ਼ੁਕਰੀਆ ਜਨਾਬ, ਇੱਦਾਂ ਹੀ ਬਣਾਉਣਾ ਮੈਂ ਜਦੋਂ ਬਣਾਉਣਾ। ਨਾ ਯਾਰ ਚੋਰੀ ਏਦਾਂ ਕਿਉਂ ਕੀਤੀ ਯਾਰ ਤੂੰ ਗੱਲ ਯਾਰ ਬਾਹਰ ਦੇ ਬਾਰੇ ਯਾਰ। ਭਾਈ ਅਸੀਂ ਵੀ ਠੀਕ ਕਰ ਲੈਂਦੇ ਖੋਲਾ ਖੋਲਾ ਪੱਟ ਲਾ, ਕੁਛ ਨੀ ਹੁੰਦਾ ਚੋਰੀ। ਅੱਛਾ ਭਾਈ ਨੇ ਦੱਸਿਆ ਨੀ ਕਦੀ? ਬਸ ਚੋਰੀ ਇਹ ਵੱਡਾ ਇੰਜਣ ਰਖਾਇਆ ਇਹਦੇ ਚ, ਗੈਸ ਸਰ ਏਸੀਆਂ ਦੀ ਗੈਸ ਵੀ ਫਿਲ ਕਰਦੇ ਰਹੇ ਹੋ ਕਿਤੇ? ਭਾਈ ਕਹਿੰਦੇ ਵੀ ਕੰਮ ਕਰਦੇ ਰਹੇ ਗੈਸ ਦਾ।
छपंजा भाई इन्हे पुराने ने गे भाई है तकरीबन को बयासी बयूसी ला के जनाब लाइटिंग लगी खड़ी है बीबिया वाली जी टिकटॉक बना दी असि ये जनाब टिक बना रही है हाँ वो बारहों ला गया जो ना खिंचना चाहिए ये दरवाजा जनाब थोड़ा जहा खराब है सही कराने वाला चंगा चौधरी चलना यार बहुत शुक्रिया भाई तशरीफ लिया हो तुसी बहुत अच्छा टाइम गुजरिया जनाब आज का हाकी भाई बहुत शुक्रिया हाकी भाई तुसी तशरीफ लाए जनाब अजीम भाई आपका भी बहुत शुक्रिया आ जा करो यार थोड़े दिनों बाद टाइम कट के आ जा करो हूँ वेले ही तुसी हूँ तुहानू कोई काम यार को आप टिकट वेरी गुड ओके सर ओके जनाब हाकी भाई बहुत शुक्रिया थैंक्स फॉर कमिंग लो जी अगे मेरे घर आ साडा ब्लॉक होया खड़ा काके दियां इटू आई खड़ियां काके दियां आईयां इटां अज ठीक है सर ठीक है अकबर भाई ते ड्राइवर ट्राली बैग बड़ी घुमा घुमा के कर रहा है काके की मंगवाया है इटा तो है गया तो दुनिया की सी जेड़ा पिछो लाता पिया सी ओ टैल सी रख भाई हैं ओ बेड़ा चलाउण मंगाई है ना हुन हां काम शुरू करा ले यार मैं क्या हुन हां वेरी गुड होगा मैं क्या हुन देखिया वेरी गुड अल्लाह भाई बरकत पावे तेरे काम च वेरी गुड मेनु पता लगा भी काके दीयां इटा आईयां मैं फिर बेली बैठे जूं बैठा मैं कहा मैं निकलदा ते जाके को फोटो छेकदा काके दा व्यूअर नु दसदा भी काके दीयां इटा दी वड्डी ट्राली आ जाई आ कोठे जड़े रुक गए थे छे महीने तो हम दोबारा स्टार्ट होने काके आज बहुत सख्त मेहनत कर रहे हैं ट्रैक्टर ब्रेक मारो घुमा काके यही
ਬਹੁਤ ਗਰਮੀ ਪੈਂਦੀ ਆ ਅੱਛਾ ਬਹੁਤ ਗਰਮੀ ਆ ਯਾਰ ਤੂੰ ਕਿੱਧਰ ਧੁੱਪ ਜਿੱਟਾ ਮੰਗਾਈ ਖੜਾ ਹੈ ਬਾਏ ਬਾਏ ਕਾਕਾ ਸਾਹਿਬ ਅੱਜ ਗਰਮੀ ਦੀ ਕੀ ਪੋਜੀਸ਼ਨ ਸੀ ਹੈ ਨਾ ਅੱਜ ਤੂੰ ਬਹੁਤ ਸਖ਼ਤ ਮਿਹਨਤ ਕੀਤੀ ਆ ਤੈਨੂੰ ਕਿਹਨੇ ਕਿਹਾ ਦੁਪਹਿਰ ਦਿਨ ਦੇ ਇੱਟਾਂ ਮੰਗਵਾ ਮੀਆਂ ਸਾਹਿਬ ਕੋਲ ਉਹ ਪੁੱਛਣਾ ਨੀ ਹੁੰਦਾ ਪਾਣੀ ਲੈ ਗਿਆ ਪੁੱਛ ਪਾਣੀ ਉੱਥੋਂ ਵੀ ਪਿਲਾਇਆ ਬੋਤਲ ਪਿਲਾਈ ਮੈਂ ਕਿਹਾ ਚਾਹ ਪੀਣੀ ਹੋਰ ਚਾਹ ਖਾਣੀ ਮੈਂ ਦੱਸ ਪਾਣੀ ਬਰਫ਼ ਪਾ ਚੱਕਦਾ ਚੱਕਦਾ ਨਹੀਂ ਅੜਦੀ ਚੱਕ ਓਏ ਇਹ ਨਹੀਂ ਆੜਦੀ ਚੋਰੀ ਅਗਾਂਹ ਤੁਰਾਂ ਲੱਗਿਆ ਆੜਨੀ ਸਹੀ ਤਰ੍ਹਾਂ ਫਸਾ ਨਾ ਉਹਦੇ ਟੁੱਕ ਜੇ ਇਹਦੇ ਵਿੱਚ ਹਲਾ ਨਾ ਇਹਨੂੰ ਜੈਕ ਵੱਡਾ ਲੱਗਾ ਹੌਲੀ ਹੌਲੀ ਚੁੱਕਦਾ ਡੰਪਰ ਵਾਲਾ ਜੈਕ ਲੱਗਾ ਉਹ ਤੂੰ ਹਲਾ ਨਾ ਤਾਰ ਜਾਈ ਤੈਨੂੰ ਥੱਲੇ ਕੜੋਤਾ ਹਿਲਣੋ ਨੀ ਹਟਦਾ ਮੀਆਂ ਸਾਹਿਬ ਵੱਡਾ ਜੈਕ ਹੈ ਇਦਾਂ ਚੁੱਕਦਾ ਹੌਲੀ ਹੌਲੀ ਨਾ ਛੱਡ ਤਾਰ ਉਹ ਤਾਰ ਕਿਉਂ ਛੱਡ ਦਿੱਤੀ ਆ ਟੋਪ ਉੱਥੇ ਉਹਦੇ ਮੈਂ ਕਿਹਾ ਬਾਬਾ ਦਿਨਾਂ ਦਾ ਖੜਾ ਦਰਾ ਇਹਨੂੰ ਚੈੱਕ ਕਰ ਲਈਏ ਨਾਲੇ ਭਾਈ ਵਿਕਾਸ ਵਾਲੇ ਪੂਰੇ ਵਾਲੇ ਤੋਂ ਗੱਡੀ ਵੇਖਣ ਵਾਸਤੇ ਹੁਣ ਸਵਿਫਟ ਲੈਣੀ ਆ ਦਿਹਾੜੀ ਭਾਈ ਬਾਬਰ ਨੇ ਵਿਖਾਉਣੀ ਆ ਉੱਥੇ ਮੈਂ ਕਿਹਾ ਨਾਲੇ ਉਹ ਭੱਜ ਕੇ ਦੇਖਿਆ ਜੀ ਭਾਈ ਦਾ ਮੁੰਡਾ ਆ ਇੱਥੇ ਹੋ ਰਿਹਾ ਜੀ ਇੰਤਜ਼ਾਰ ਵਿਕਾਸ ਸਾਹਿਬ ਦਾ ਵਿਕਾਸ ਸਾਹਿਬ ਨੇ ਲੈਣੀ ਹੈ ਜੀ ਸਵਿਫਟ ਅਤੇ ਇੱਥੇ ਕੋਈ ਪ੍ਰੋਫੈਸਰ ਸਾਹਿਬ ਨੇ ਉਹਨਾਂ ਕੋਲ ਦੇਖੀ ਹੈ ਅਤੇ ਪਹੁੰਚਦੇ ਆ ਅਤੇ ਫਿਰ ਉਹਨਾਂ ਨੂੰ ਇੱਥੋਂ ਨਾਲ ਲੈਂਦਾ ਸਕੂਟਰੀ 'ਤੇ ਆ ਗਿਆ ਮੈਂ ਅਤੇ ਦੇਖਦੇ ਹਾਂ ਫਿਰ ਚੋਰੀ ਨੂੰ ਪਸੰਦ ਆਉਂਦੀ ਹੈ ਕੀ ਕਰਦਾ ਭਾਈ ਵਿਕਾਸ ਭਾਈ ਆਲਟੋ ਜੀ ਪਹੁੰਚ ਗਈ ਹੈ 6847 ਭਾਈ ਸਵਿਫਟ 'ਤੇ ਸ਼ਿਫਟ ਹੋਣਾ ਚਾਹੁੰਦੇ ਆ ਮੈਂ ਕਿਹਾ ਚਲੋ ਅੱਗੇ ਅੱਗੇ ਲੱਗੋ ਜ਼ਰਾ ਪਰ ਮੈਂ ਇਹਨਾਂ ਦੇ ਅੱਗੇ ਲੱਗਦਾ ਇਹ ਤਾਂ ਰਾਹ ਭੁੱਲ ਜਾਣਗੇ ਸ਼ਹਿਰ ਹਾਂਜੀ
ਕੀ ਦੇ ਕਰ ਪਿਆ ਕਰਾਚੀ ਕੈਸਾ ਰਿਹਾ ਸਰਕਾਰ ਸਰ ਕਰਾਚੀ ਆਇਆ ਲੱਗਣ ਸੇੜ ਲੱਗਣ ਲੱਗ ਪਿਆ ਕਰਾਚੀ ਦਾ ਹੈ ਗੱਡੀਆਂ ਭਾਈ ਉੱਥੇ ਰੱਖਿਆ ਨਾ ਫਿਰ ਤੁਸਾਂ ਤਾਂ ਜਨਾਬ ਹੈ ਕੋਈ ਨਸ ਤੇ ਹੁਣ ਭਾਈ ਹੋਰ ਸੁਣਾਓ ਸ਼ੁਕਰ ਅੱਲਾ ਦਾ ਤੁਸੀਂ ਸੁਣਾਓ ਠੀਕ ਕੈਸਾ ਰਿਹਾ ਤੁਹਾਡਾ ਕਰਾਚੀ ਜੀ ਕਰਾਚੀ ਭਾਜੀ ਸਹੀ ਰਿਹਾ ਵਾ ਸੈਰ ਦੇ ਹਵਾਲੇ ਨਾਲ ਬਹੁਤ ਅੱਛਾ ਰਿਹਾ ਟੂਰ ਵੀ ਅੱਛਾ ਰਿਹਾ ਤੇ ਰੇਟ ਨਹੀਂ ਅੱਛੇ ਕਿਉਂ ਤਾਰ ਆਪਾਂ ਲੈਣੀ ਸੋਲਰ ਵਾਲੀ ਉਹ ਭਾਈ ਲਾਹੌਰ ਨਾਲ ਵੀ ਜ਼ਿਆਦਾ ਰੇਟ ਸੀ ਕਿਉਂਕਿ ਉੱਥੇ ਬੜੇ ਬੜੇ ਗੋਦਾਮ ਆ ਨਾ ਇਹ ਤਾਂ ਹੁੰਦਾ ਵੀ ਕਦੀ ਚੀਜ਼ ਲਾਹੌਰ ਨੂੰ ਕੰਟੇਨਰ ਖੁੱਲ੍ਹ ਕੇ ਕਦੀ ਹੋਰ ਨੂੰ ਖੁੱਲ੍ਹ ਕੇ ਜਿਹੜਾ ਸਮਾਨ ਜ਼ਿਆਦਾ ਉਹਦਾ ਰੇਟ ਘੱਟ ਵੱਧ ਹੋ ਜਾਂਦਾ ਉਹ ਵਜ਼ਨ ਚੱਕਣ ਵਾਲਾ ਹਿਸਾਬ ਸੀ ਅੱਛਾ ਹਾਂ ਅਤੇ ਸੋਲਰ ਦਾ ਰੇਟ 93 ਉੱਥੇ ਸੀ 93 ਲਾਹੌਰ ਆ ਅਤੇ ਫਾਇਦਾ ਨਹੀਂ ਸੀ ਹਾਲਾਂਕਿ ਬੜਾ ਲੋਕ ਕਰਾਚੀ ਨੂੰ ਚੁੱਕਦੇ ਆ ਵੀ ਉੱਥੋਂ ਬੜਾ ਸਮਾਨ ਜੀ ਪੋਰਟ ਦੇ ਉੱਤੇ ਆਉਂਦਾ ਅਤੇ ਐਂ ਹੁੰਦਾ ਅਤੇ ਜੀ ਭਾਈ ਉੱਥੇ ਆਉਂਦਾ ਵਾ ਕੰਟੇਨਰ ਆ ਰਹੇ ਸੀਗੇ ਉੱਥੇ ਪੂਰੇ ਪੂਰੇ ਬੈਰੀ ਜਹਾਜ਼ ਜਿਹੜੇ ਟੁੱਟਦੇ ਗੁਡਾਨੀ ਦੇ ਉਹ ਵੀ ਉੱਥੇ ਸੀਗੇ ਆਏ ਸਮਾਨ ਆਇਆ ਉਹ 'ਚ ਚੀਜ਼ਾਂ ਲਈਆਂ ਵਾ ਉਹਦੇ ਵਿੱਚ ਹੁੰਦਾ ਵੀ ਈਚ ਐਂਡ ਐਵਰੀਥਿੰਗ ਜਹਾਜ਼ ਟੁੱਟਿਆ ਨਾ ਜੀ ਉਹਦੇ ਵਿੱਚ ਨਵਾਂ ਸਮਾਨ ਪੁਰਾਣਾ ਸਮਾਨ ਹਰ ਚੀਜ਼ ਹੁੰਦੀ ਜਹਾਜ਼ ਦੀ ਯਾਨੀ ਕਿ ਉਹਦੇ ਵਿੱਚ ਇੱਦਾਂ ਦੇ ਟੇਬਲ ਸੀ ਮੰਜੇ ਸੀਗੇ ਉਹਨਾਂ ਦੇ ਵੇਅਰ ਹਾਊਸ 'ਚ ਪਏ ਸਹੀ ਬੜੇ ਵੱਡੇ ਯਾਨੀ ਕਿ ਕਹਿ ਲਓ ਇੱਕ ਇੱਕ ਮੁਰੱਬੇ ਦਾ ਉਹ ਗੋਦਾਮ ਆ ਜਨਰਲ ਗੋਦਾਮ ਕਰਨਲ ਗੋਦਾਮ ਕੁਆਲਿਟੀ ਗੋਦਾਮ ਬਾਹਰ ਤੁਸੀਂ ਇੰਟਰ ਹੋਣਾ ਅੰਦਰ ਮੁਖਤਲਿਫ ਜਿਹੜਾ ਨਾ ਸਿਸਟਮ ਆ ਅੰਦਰ ਅਤੇ ਬਸ ਠੀਕ ਰਿਹਾ ਭਾਈ ਪੂਰਾ ਸੂਰਾ ਰਿਹਾ ਯਾਨੀ ਹਾਂ ਪੂਰਾ ਸੂਰਾ ਰਿਹਾ ਬਾਬਾ ਹੋਟਲ ਹੋਟਲ ਇੰਜੋਏ ਕਰ ਲਿਆ ਅੱਛਾ ਕਦਨ ਆ ਗਿਆ ਇੱਕ ਅੱਛੇ ਰੈਸਟੋਰੈਂਟ 'ਤੇ ਲੈ ਗਿਆ ਕਬਾਬ ਜੀ ਆਹਾ ਬਹੁਤ ਟੋਪ ਆਫ ਦੀ ਲਾਈਨ ਆ ਸ਼ਾਹ ਸਾਹਿਬ ਕਦੀ ਗਏ ਵੈਰੀ ਗੁੱਡ ਉੱਥੇ ਖਾਣਾ ਖਾ ਲਿਆ ਸਮੁੰਦਰ 'ਤੇ ਚਲੇ ਗਏ ਜੈਕਸਨ ਮਾਰਕੀਟ ਫਿਰ ਲਿਆ ਯਾਨੀ ਕਿ ਚੀਜ਼ਾਂ ਦੇਖ ਲਈਆਂ ਜਿਹੜੀ ਜਿਹੜੀਆਂ ਹਾਂ ਗੱਡੀਆਂ ਦਾ ਸਮਾਨ ਲੈਣਾ ਵਿਚੋਰ ਸਾਹਿਬ ਸਪੇਅਰ ਪਾਰਟ ਯਾਨੀ ਕਿ ਹਾਰਨ ਅਸੈਸਰੀਜ਼ ਦਾ ਉਹ ਬਹੁਤ ਅੱਛਾ ਰੇਟ ਆ ਹਾਂ ਔਰ ਡਾਇਰੈਕਟ ਉੱਥੇ ਸਦਰ ਜੋ ਇੰਪੋਰਟਰ ਬੈਠੇ ਅੱਛਾ ਹਾਂ 150 ਦੇ ਮੈਂ ਹਾਰਨ ਲਏ ਆ ਬੋਸ਼ ਦੇ ਲਏ ਹਾਰਨ ਵਾਹਵਾ ਲਿਆ ਹੋਣੇ ਸੀਗੇ ਉਹ ਤਾਂ ਨੰਬਰ ਉਹਨਾਂ ਦਾ ਹੈਗਾ ਜਦੋਂ ਮਰਜ਼ੀ ਮੰਗਾ ਲਾਂ ਜਿੰਨੇ ਮਰਜ਼ੀ ਮੰਗਾ ਲਾਂ ਹਾਰਨ ਆਪਣੇ ਸਕੂਟਰਾਂ ਦੇ ਵੀ ਖਰਾਬ ਹੋਏ ਆ ਤੇ ਤੁਸੀਂ ਮੈਨੂੰ ਦੱਸ ਦਿੰਦੇ ਕੰਮ ਕੰਮ ਉਹਨਾਂ ਨੂੰ ਸਾਪਾ ਲਾ ਲਾਂ 500 ਦੇ 에ਅਰ ਪ੍ਰੈਸ ਲਏ ਹਾਊਸ ਆਫ ਦੇ ਸਹੀ ਹੈ ਆਲਟੋ ਦੇ 에ਅਰ ਪ੍ਰੈਸ ਲਏ ਆ ਉਸ ਤੋਂ ਬਾਅਦ ਇਦਾਂ ਦੀਆਂ ਛੋਟੀ ਛੋਟੀ ਚੀਜ਼ਾਂ ਲਈਆਂ ਇੱਕ ਜਿੱਦਾਂ ਭਾਈ ਵਾਹਾ ਦੇ ਅੱਗੇ ਲਾਈਟਾਂ ਨਹੀਂ ਲੱਗੀਆਂ ਉਹ ਵੀ ਬੰਦਾ ਇੰਪੋਰਟਰ ਆ ਉੱਥੇ ਇੱਕ 2-7 ਗੱਡੀਆਂ ਦੇ ਸਪੇਅਰ ਪਾਰਟ ਕੰਮ ਕਰਦਾ ਨਾਲ ਸੀ ਨਾ ਇੱਕ ਚੀਜ਼ ਤਾਂ ਦਿੰਦੇ ਨਹੀਂ ਨਾ ਵੀ ਹਾਰਨ ਜਿਹਦੇ ਕੋਲ ਇੱਕ ਲਿਆ ਵਾ ਉਹਨੇ ਉਹ ਤਲਕ ਦੀ ਵਜ੍ਹਾ ਦਿੱਤਾ ਵਾ ਅਤੇ ਵੈਸੇ ਉਹ ਨਹੀਂ ਦਿੰਦੇ ਵੀ ਦੁਕਾਨਦਾਰ ਉੱਥੇ 10-5 ਤੋਂ ਘੱਟ ਨਹੀਂ ਦਿੰਦੇ ਉਹ ਇਕੱਲਾ 150 ਚੋਰੀ ਸਾਹਿਬ ਉਹਨਾਂ ਕੋਲ ਇਕੱਲੀ ਇਕੱਲੀ ਚੀਜ਼ ਆ ਬੋਸ਼ ਵਾਲੇ ਇਕੱਲਾ ਬੋਸ਼ ਆ ਕਹਿੰਦੇ ਵੀ NAPC ਲਾਜ਼ਮ ਆ ਯਾਨੀ ਫਿਰ ਮੈਂ ਮਦਦ ਦੀ ਪਾਲਿਸ਼ ਲਈ ਜਿਹੜੀ ਅੰਦਰ ਮਾਰੀ ਦੀ ਇੰਟੀਰੀਅਰ 'ਤੇ ਉਹ ਮੈਂ ਅੱਗੇ ਲਾਹੌਰੋਂ ਲੈਂਦਾ ਸੀ ਫਿਲਟਰ ਹਾਊਸ ਤੋਂ ਉਹਨੇ ਮੈਨੂੰ ਕਿਹਾ ਬੰਦੇ ਨੇ ਉਹਨੇ ਕਿਹਾ ਫਿਲਟਰ ਹਾਊਸ ਵਾਲੇ ਵੀ ਸਾਡੇ ਕਲਾਇੰਟ ਆ ਅੱਛਾ ਹੂਟਰ ਲਿਆਂਦੇ ਮੀਆਂ ਸਾਹਿਬ ਨੂੰ ਲਿਆ ਕੇ ਦਿੱਤੇ 6 ਹਾਂ ਐਡੇ ਐਡੇ ਹੂਟਰ ਚੋਰ ਸਭ ਚਾਈਨਾ ਦੇ ਐਡੇ ਐਡੇ ਬਹੁਤ ਖੂਬਸੂਰਤ ਮੈਂ ਉਹਨੂੰ ਕਿਹਾ ਯਾਰ ਤੁਸੀਂ ਨਾ ਕਹਿੰਦੇ ਤੂੰ 50 ਲਿਆ ਮੈਂ ਕਿਹਾ ਯਾਰ ਮੈਂ ਬੈਗ 'ਚ ਲਿਆਉਣੇ ਪਾ ਕੇ ਮੈਂ 6 ਲਏ ਆ ਅਤੇ ਉਹ ਉਹਨਾਂ ਨੂੰ ਹੁਣ ਜਿਹੜਾ ਨਾ ਮੀਆਂ ਸਾਹਿਬ ਨੂੰ ਦੇਵਾਂਗੇ 10 ਸਾਲ ਨੂੰ ਉਹ ਫਿਰ ਮੈਂ ਉਹਨੂੰ ਕਿਹਾ ਯਾਰ ਗੱਲ ਹੈ 2-400 ਨਾ ਬਚਾਓ ਅੱਛੇ ਲਾਓ ਸਹੀ ਹੈ ਮਾਰਗਰੀਟਾ ਜਿਹਾ ਮਨਾਇਆ ਤੇ ਤੁਸੀਂ ਜਿਹੜੀ ਪੀਣੀ ਦੋਨੇ ਜਣੇ ਮੰਗਾ ਲਓ ਖਾਣੀ ਪੀਣੀ ਆ ਖਾਣ ਕਰ ਖਾਂਦਾ ਮਿੰਟ ਜਿਹਾ ਚੈੱਕ ਲਾ ਦਰਾ ਮੇਰਾ ਜੀ ਸਾਹਿਬ ਉਹ ਹਲਕਾ ਫੁਲਕਾ ਪਾ ਦਿੰਦੇ ਨੇ ਚੈੱਕ ਤਾਂ ਕਰ ਖਾਨ ਕੈਸਾ ਵੀ ਪਾ ਦਿੰਦੇ ਨੇ ਸਵਾਈਡ ਦਾ ਮਤਲਬ ਉਹ ਫਰਕ ਰਹਿ ਜਾਂਦਾ ਹੀ ਆ ਫਿਰ ਮੈਂ ਇੱਕ ਹੋਰ ਹਿਸਾਬ ਲਾਈ ਵੀ ਕੋਈ ਸਿਆਣੇ ਬੰਦੇ ਦਾ ਇਹ ਕੰਮ ਨਹੀਂ ਵੀ ਕੋਈ ਬੰਦਾ ਇੱਕ ਬੰਦਾ ਚੀਜ਼ ਆਰਡਰ ਕਰੇ ਤੇ ਮੁੜ ਕੇ ਜਿਹੜਾ ਨਾਲ ਬੈਠਾ ਉਹ ਵੀ ਕਹਿ ਦੇਵੇ ਵੀ ਉਹ ਹੀ ਲਿਆਓ ਮੇਰੇ ਲਈ ਚੀਜ਼ ਹਮੇਸ਼ਾ ਉਹ ਹੀ ਮੰਗਾਉਣੀ ਚਾਹੀਦੀ ਜਿਹੜੀ ਸਮਝ ਆ ਜੀ ਹੋਵੇ ਇੱਕ ਬੰਦਾ ਖੂਹ ਛਾਲ ਮਾਰ ਰਿਹਾ ਹੋਵੇ ਤਾਂ ਮਗਰ ਤੂੰ ਵੀ ਮਾਰ ਨਹੀਂ ਮੈਂ ਪੁਦੀਨਾ ਜਿਹਾ ਪੀ ਕੇ ਤਾਂ ਰਜਾ ਬੈਠਾ ਤੇ ਤੁਹਾਡੀ ਬੜੀ ਮਿਹਰਬਾਨੀ ਹੈ ਨਾਮ ਉਹਦਾ ਵੇਖ ਤੂੰ ਕਿੱਡਾ ਅੰਗਰੇਜ਼ੀ ਆ ਮਿੰਟ ਮੈਂ ਗਰੀਟਾ ਅੱਗੋਂ ਸ਼ਹਿ ਵੇਖ ਕੀ ਹੋ ਜਾਈਏ ਲਓ ਜੀ ਆਪਣਾ ਗਾੜੀ ਗਈ ਆ ਸਵਿਫਟ 15 ਦਾ ਮਾਡਲ ਆ 31 ਲੱਖ ਅਤੇ 30 ਹਜ਼ਾਰ ਡਿਮਾਂਡ 31.5 ਲੱਖ ਡਿਮਾਂਡ ਗਾੜੀ ਸਾਨੂੰ ਪਸੰਦ ਨਹੀਂ ਆਈ ਅਸੀਂ ਇਨਕਾਰ ਕਰ ਦਿੱਤਾ ਵੀ ਅਸਾਂ ਨਹੀਂ ਲੈਂਦੇ ਹਾਂ
ਇਹ ਭਾਈ ਵਿਕਾਸ ਕੋਲ ਚੰਗੀ ਭਰੀ ਆਲਟੋ ਹੈ, ਇਹਨੂੰ ਪੰਗੇ ਲੈਣ ਦਾ ਸ਼ੌਂਕ ਆ। ਇਹ ਵੇਖ ਲਓ ਹੁਣ ਉਹ ਵੇਖੀ ਆ ਤੇ ਗੱਡੀ, ਉਹਨੇ ਕਿਹਾ ਸੀ ਮਾਈਨਰ ਟਚਿੰਗ ਆ ਤੇ ਸਾਰੀ ਰੰਗ ਨਿਕਲੀ ਤੇ ਬਾਕੀ ਹੁਣ ਅੱਲਾ ਦੇ ਹਵਾਲੇ। ਚੋਰੀ ਮਾਰੋ ਸਲਫ ਤੇ ਆ ਜਾਓ ਮੇਰੇ ਪਿੱਛੇ ਪਿੱਛੇ ਯਾਰ, ਬਸ ਚੋਰੀ ਧੱਕੇ ਖਾਮਣੇ ਪਾਉਂਦੇ ਨੇ, ਮੁੜ ਸ਼ਾਇਦ ਅੱਛੀ ਲੱਭਦੀ ਹੈ। ਭਾਈ ਕਹਿੰਦੇ ਨੇ ਵੀ ਮੌਲ ਜਾਣਾ ਆ ਤੇ ਹੁਣ ਇੱਕ ਵਾਰੀ ਗੇੜੀ ਮਾਰਦੇ ਮੌਲ। ਬਾਈਕ ਲਾ ਤੀ ਪਾਰਕਿੰਗ 'ਚ, ਆ ਇਮਲੀ ਪਈ ਨਾ ਥੱਲੇ। ਹਾਂ ਖੱਟਾ ਪਾਣੀ ਪੀਂਦੇ ਅੱਜ ਕੱਲ੍ਹ ਜਾ ਕੇ ਚੋਰੀ, ਇੰਨੇ ਲੈ ਲੈ ਦੁਕਾਨ ਬਣਾਉਣੀ ਯਾਰ। ਚੋਰੀ ਤਾਂ ਲੈਂਪ ਵੀ ਚੈੱਕ ਕਰੀ, ਲੈਂਪ ਬੜੇ ਵੀ ਆ ਪੀ ਇਹਨਾਂ ਕੋਲ। ਲਓ ਜੀ ਸ਼ੋਪਿੰਗਾਂ ਬਹੁਤ ਹੋ ਗਈਆਂ। ਚੋਰੀ ਨੂੰ ਸਾਲਟ ਲੈ ਤਾ ਲਾਲ, ਇਹ ਇੰਡੀਆ 'ਚ ਵੀ ਇੰਪੋਰਟ ਹੁੰਦਾ ਆ। ਹੋਰ ਬਹੁਤ ਸ਼ੋਪਿੰਗਾਂ ਕਰ ਲਈਆਂ, ਚਲੋ ਤੁਰੋ। ਬਾਬਾ ਜੀ ਸ਼ੋਪਿੰਗਾਂ ਬਹੁਤ ਹੋ ਗਈਆਂ, ਚੋਰੀ ਦਾ ਰੁਪਈਆ 20-25 ਹਜ਼ਾਰ ਖੁੱਲ੍ਹਾ ਹੋ ਗਿਆ ਟਾਈਮ ਨਾਲ ਹੀ। ਤਾਂ ਹੁਣ ਨਿਕਲਦੇ ਹਾਂ ਬਾਬਾ ਜੀ, ਨਿਕਲਦੇ ਹਾਂ। ਚੰਗਾ ਭਾਅ ਜੀ ਫਿਰ ਅੱਲਾ ਦੇ ਹਵਾਲੇ, ਖੈਰੀ ਜਾਓ ਜੀ। ਰੋਟੀ ਤੁਸੀਂ ਕੋਈ ਨਹੀਂ ਕਹਦੀ, ਤੁਹਾਡੀ ਜ਼ਿਆਦੀ ਹੈ ਮੇਰੇ ਨਾਲ। ਸ਼ਰੀਫ ਨੇ ਡੈਂਟਰ ਡੂਰੇ ਵਾਲੇ ਤੋਂ ਬਹੁਤ ਅੱਛਾ ਕੰਮ ਕਰਦੇ ਗੱਡੀਆਂ, ਸ਼ਰੀਫ ਡੈਂਟਰ, ਸ਼ਰੀਫ ਡੈਂਟਰ। ਕਿਸੇ ਦੋਸਤ ਨੇ ਕਰਾਉਣਾ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਚੈੱਕ ਕਰਾ ਕਰਕੇ, ਸਾਡੀ ਜ਼ਿੰਮੇਵਾਰੀ ਤੁਸੀਂ ਬੂਰੇ ਵਾਲੇ ਕਰਾ ਸਕਦੇ ਆ ਭਾਈ, ਸਾਡੇ ਦੇ ਨਾਲ ਹੀ ਸ਼ਰੀਫ ਡੈਂਟਰ, ਸ਼ਰੀਫ ਡੈਂਟਰ, ਵੈਰੀ ਗੁੱਡ। ਲਓ ਜੀ ਉਸ ਤੋਂ ਪਹਿਲੇ ਭਾਈ ਨੂੰ ਆਖਿਆ ਵੀ ਤੁਹਾਨੂੰ ਫੜਾਉਣਾ ਔਰੰਜ ਪਲਪੀ, ਭਾਈ ਨੇ ਖਾਣਾ ਤਾਂ ਖਾਧਾ ਨਹੀਂ ਤਾਂ ਕੰਮ ਸੇ ਕੰਮ ਪਲਪੀ ਤਾਂ ਪੀਓ। ਮੀਆਂ ਸਾਹਿਬ ਆ ਲਓ ਅੱਲਾ ਦੇ ਹਵਾਲੇ, ਮਾਈਕ ਲੈ ਲਓ ਮਾਈਕ। ਹਾਂ ਹਾਂ ਮਾਈਕ ਦੇ ਦਿਓ ਯਾਰ। ਔਰ ਰਿਕਾਰਡਿੰਗ ਸੁਣੋ ਕਿੱਦਾਂ ਸੀਗੀ, ਨਕਾਰਿੰਗ ਬਹੁਤ ਅੱਛੀ ਹੋਈ ਹੈ, ਛਾਪਰ ਪਿਆ ਕੋਈ ਵਿੱਚ ਯਾਰ ਇੰਨਾ ਕੁਛ ਲਿਆ। ਉਹ ਪਾਣੀ ਪਹਿਲੇ ਪੀਓ ਨਾ, ਉੱਤੋਂ ਫਿਰ ਜੂਸ ਪੀਓ। ਕਿੱਦਾਂ ਆਉਣਾ ਬੂਰੇ? ਉਹ ਬੂਰੇ ਨਹੀਂ ਆਉਣਾ ਹਾਲੇ, ਉਹ ਯਾਰ ਬਹੁਤ ਟਾਈਮ ਫਿਰ ਕਿਸੇ ਲਾਉਂਦੇ ਚੱਕਰ ਆ। ਮੀਆਂ ਨੂੰ ਕੀਤਾ ਸੀ ਹੁਣ ਦਾਹਦ ਨੂੰ, ਮੈਂ ਮੀਆਂ ਸਾਹਿਬ ਕੀ ਹਾਲ ਹੈ, ਕਹਿੰਦੇ ਠੀਕ ਹੈ।